ਦੋਸਤੋ, ਕੀ ਤੁਸੀਂ ਜਾਣਦੇ ਹੋ ਜਿਹੜੇ ਬਾਲ ਆਪਾਂ ਵੇਚਦੇ ਹਾਂ ਉਹਨਾਂ ਦੀ ਅਸਲ ਕੀਮਤ ਕਿੰਨੀ ਹੈ ਤੇ ਵਿਦੇਸ਼ਾਂ ਵਿੱਚ ਕਿੰਨੇ ਰੁਪਏ ਪ੍ਰਤੀ ਕਿਲੋ ਵਿਕਦੇ ਹਨ ਇਹ ਬਾਲ? ਭਾਰਤੀ ਬਾਲਾਂ ਦੀ ਜ਼ਿਆਦਾ ਮੰਗ ਕਿਉਂ ਹੈ? ਆਓ ਜਾਣਦੇ ਹਾਂ ਇਸ ਦੇ ਬਾਰੇ। ਔਰ ਅਗਰ ਤੁਮ ਲੋਗ ਨਏ ਹੋ ਤੋ ਸਬਸਕ੍ਰਾਈਬ ਕਰੋ, ਵੋ ਜੋ ਲਾਲ ਵਾਲਾ ਬਟਨ ਹੈ ਉਸ ਤੇ ਫੂਟ ਫੇਕ ਕੇ ਮਾਰੋ ਜਾਂ ਫਿਰ ਮੋਮਬੱਤੀ, ਮੁਝੇ ਨਹੀਂ ਪਤਾ, ਬਸ ਕਲਿੱਕ ਹੋ ਜਾਣਾ ਚਾਹੀਏ। ਦੋਸਤੋ, ਕੌਣ ਆਪਣੇ ਬਾਲਾਂ ਨੂੰ ਪਿਆਰ ਨਹੀਂ ਕਰਦਾ? ਇਹਨਾਂ ਲਈ ਇੱਕ ਵਿਅਕਤੀ 1000 ਰੁਪਏ ਖਰਚਣ ਲਈ ਤਿਆਰ ਹੋ ਜਾਂਦਾ ਹੈ। ਅਸੀਂ ਆਪਣੇ ਬਾਲਾਂ ਨੂੰ ਸੁੰਦਰ ਰੱਖਣ ਲਈ ਕਈ ਤਰ੍ਹਾਂ ਦੇ ਉਤਪਾਦ ਵੀ ਵਰਤਦੇ ਹਾਂ। ਅਜਿਹੇ 'ਚ ਕੀ ਤੁਸੀਂ ਕਦੇ ਸੋਚਿਆ ਹੈ ਕਿ ਸਲੂਨ 'ਚ ਜੋ ਵਾਲ ਕੱਟੇ ਜਾਂਦੇ ਹਨ ਜਾਂ ਜੋ ਵਾਲ ਝੜਦੇ ਹਨ ਜਾਂ ਕਈ ਲੋਕ ਆਪਣੇ ਵਾਲ ਮੰਦਰ ਵਿੱਚ ਦਾਨ ਕਰਦੇ ਹਨ, ਉਹਨਾਂ ਦਾ ਤੁਹਾਡੇ ਜੀਵਨ ਵਿੱਚ ਕੋਈ ਵੀ ਮਹੱਤਵ ਨਹੀਂ ਹੈ, ਪਰ ਅਸਲ ਵਿੱਚ ਤੁਹਾਡੇ ਵਾਲਾਂ ਦਾ ਵੀ ਬਹੁਤ ਵੱਡਾ ਕਾਰੋਬਾਰ ਹੈ। ਆਓ ਅੱਜ ਤੁਹਾਨੂੰ ਇਸ ਵੀਡੀਓ ਰਾਹੀਂ ਵਾਲਾਂ ਦੇ ਇਸ ਕਾਰੋਬਾਰ ਬਾਰੇ ਸਮਝਾਉਂਦੇ ਹਾਂ। ਦੋਸਤੋ, ਤੁਹਾਨੂੰ ਜਾਣ ਕੇ ਇਹ ਹੈਰਾਨੀ ਹੋਵੇਗੀ ਕਿ ਆਮ ਤੌਰ 'ਤੇ ਜਿਨ੍ਹਾਂ ਵਾਲਾਂ ਨੂੰ ਤੁਸੀਂ ਬੇਕਾਰ ਸਮਝਦੇ ਹੋ ਉਹਨਾਂ ਦੀ ਕੀਮਤ 100 ਜਾਂ 200 ਰੁਪਏ ਨਹੀਂ, ਸਗੋਂ 25 ਤੋਂ 30 ਹਜ਼ਾਰ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਦੇ ਨੇ। ਹੋ ਸਕਦਾ ਹੈ ਬਾਹਰ ਗਲੀ ਵਿੱਚ ਵਾਲ ਖਰੀਦਣ ਵਾਲੇ ਤੁਹਾਡੇ ਘਰਾਂ 'ਚ ਆ ਕੇ ਤੁਹਾਡੇ ਵਾਲਾਂ ਦੇ ਬਦਲੇ ਤੁਹਾਨੂੰ ਕੁਝ ਭਾਂਡੇ ਜਾਂ ਪੈਸੇ ਦੇ ਦੇਣ ਜਾਂ ਤੁਸੀਂ ਆਪਣੇ ਵਾਲ ਡਿੱਗਣ ਜਾਂ ਕੱਟਣ ਤੋਂ ਬਾਅਦ ਸੁੱਟਦੇ ਹੋ, ਪਰ ਅਸਲ ਵਿੱਚ ਉਹ ਤੁਹਾਡੇ ਵਾਲ ਹਨ, ਤੁਸੀਂ ਉਹਨਾਂ ਨੂੰ ਚੰਗੀ ਕੀਮਤ 'ਤੇ ਵੇਚ ਸਕਦੇ ਹੋ। ਦਰਅਸਲ ਤੁਹਾਡੇ ਵਾਲਾਂ ਨੂੰ ਇਕੱਠਾ ਕਰਕੇ ਕਰੋੜਾਂ ਰੁਪਈਆਂ ਦੇ ਵਿਦੇਸ਼ਾਂ ਵਿੱਚ ਵੇਚੇ ਜਾਂਦੇ ਹਨ। ਵਿਦੇਸ਼ੀ ਲੋਕ ਭਾਰਤੀ ਔਰਤਾਂ ਦੇ ਲੰਬੇ ਵਾਲਾਂ ਨੂੰ ਖਰੀਦਣਾ ਪਸੰਦ ਕਰਦੇ ਹਨ, ਉਹਨਾਂ ਨੂੰ ਇਸ ਦੀ ਚੰਗੀ ਕੀਮਤ ਵੀ ਮਿਲਦੀ ਹੈ। ਭਾਰਤ ਤੋਂ ਵਾਲ ਚੀਨ, ਮਲੇਸ਼ੀਆ, ਥਾਈਲੈਂਡ, ਬੰਗਲਾਦੇਸ਼, ਸ਼੍ਰੀਲੰਕਾ, ਮਾਲਦੀਪ ਅਤੇ ਬਰਮਾ ਵਰਗੇ ਦੇਸ਼ਾਂ ਵਿੱਚ ਵੇਚੇ ਜਾਂਦੇ ਹਨ। ਦੋਸਤੋ, ਵਾਲਾਂ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਦੇ ਆਕਾਰ ਅਤੇ ਗੁਣਵੱਤਾ 'ਤੇ ਨਿਰਭਰ ਕਰਦਾ ਹੈ। ਵਿਦੇਸ਼ਾਂ ਵਿੱਚ ਰਾਹ ਵਾਲ 10,000 ਤੋਂ ਲੈ ਕੇ 40,000 ਰੁਪਏ ਪ੍ਰਤੀ ਕਿਲੋ, ਰੇਮੀ ਵਾਲ 5,000 ਤੋਂ 25,000 ਰੁਪਏ ਪ੍ਰਤੀ ਕਿਲੋ ਅਤੇ ਨੋਲ ਰੇਮੀ ਵਾਲ 2,000 ਤੋਂ 10,000 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਦੇ ਹਨ।